ਅਸੀਂ ਕੋਈ ਸਾਨੂੰ ਕੀ ਕਹਿ ਸਕਦੇ, ਅਸੀਂ ਤਾਂ ਕਦੇ ਸੁਣੀਆਂ ਵੀ ਨਹੀਂ ਉਹ ਗਾਲਾਂ। ਉਲਟਾ ਕਹਿ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਲਾਂਗੇ, ਅਸੀਂ ਆਪਣੇ ਬੱਚਿਆਂ ਨੂੰ ਸਮਝਾ ਲਾਂਗੇ। ਕੈਮਰੇ 'ਚ ਬੋਲ ਰਹੀ ਆ, ਇਹਨਾਂ ਨੇ ਸੋਚਿਆ ਕਿ ਤਿੰਨ ਲੇਡੀਜ਼ ਨੇ, ਇਹਨਾਂ ਨੂੰ ਕੁੱਕ ਘੇਰ ਲਓ। ਇਹ ਡਰ ਤੋਂ ਫੜਦੇ ਆ ਪਰਸੋਂ ਬੋਲਦੇ ਆ ਐਦਾਂ, ਐਵੇਂ ਕਿਵੇਂ ਘੇਰਦਾ, ਐਵੇਂ ਥੋੜਾ ਨਾ ਹੁੰਦਾ, ਐਦਾਂ ਨਹੀਂ ਹੁੰਦਾ ਪੁੱਤਾ, ਐਦਾਂ ਨਹੀਂ ਹੁੰਦਾ, ਐਵੇਂ ਥੋੜਾ ਨਹੀਂ ਹੁੰਦਾ। ਇਹ ਸਾਹਮਣੇ ਨਿਕਲੇ ਆ ਰਹੇ ਹੋ, ਤੁਸੀਂ ਅੱਗੇ ਆ ਜਾਓ ਮੇਰੇ ਨਾਲ, ਮੇਰੀਆਂ ਧੀਆਂ ਵਰਗੀਆਂ ਉਹ, ਤੇ ਆ ਜਾਓ ਮੈਂ ਤੁਹਾਨੂੰ ਹੁਣ ਵਿਖਾ ਦੇਣਾ ਉੱਥੇ ਕਿੰਨੇ ਪਾੜੇ ਪਏ। ਜਿਹੜੇ ਵੀ ਜੋ ਛੋਟੇ ਬੱਚੇ ਆ ਡਾਇਪਰ ਲੱਗਦੇ ਆ, ਉਹ ਡਾਇਪਰ ਆ ਕਿਸੇ ਨੇ ਲਿਫਾਫੇ ਚ ਪਾ ਕੇ ਕੂੜੇ ਵਾਲਾ ਆਉਂਦਾ ਬਾਹਰ ਰੱਖੇ, ਕਿਉਂ ਰੱਖੇ? ਮੈਂ ਇਹਨਾਂ ਨੂੰ ਬੋਲਿਆ ਕੁੱਤਿਆਂ ਨੇ, ਉਹ ਚੁੱਕ ਕੇ ਗਲਤੀ ਕੀਤੀ ਆ। ਅੱਛਾ ਕਿੱਥੇ ਰੱਖੇ? ਅੰਦਰ ਉਹਦੇ ਡਸਟਬਿਨ ਚ ਰੱਖੋ, ਸਾਡੇ ਵੀ ਬੱਚੇ ਡਸਟਬਿਨ ਚ ਹੀ ਪਏ ਸੀ ਨਾ, ਡਸਟਬਿਨ ਚ ਰੱਖੋ। ਡਸਟਬਿਨ ਗੇਟ ਬੰਦ ਰੱਖੋ, ਗੇਟ ਬੰਦ ਰੱਖੋ, ਗੇਟ ਦੱਬ ਕੇ ਗੇਟ ਬੰਦ ਕਰੋ, ਗੇਟ ਬੰਦ ਕਰੋ, ਗੇਟ ਬੰਦ ਕਰੋ, ਗੇਟ ਬੰਦ ਕਰੋ, ਰੱਖ ਦਿੰਦੇ ਆ ਵੀ ਹਾਂ ਜਿਹੜਾ ਬਣ ਜਾਵੇ ਗੇਟ ਲਾ ਕੇ ਰੱਖੇ। ਤੁਸੀਂ ਗੇਟੀਆਂ ਕਰ ਰਹੇ ਹੋ, ਤੁਸੀਂ ਕਮਰੇ ਬਣਾਏ ਡਾਈਪਰ ਲਗਾਉਂਦੇ ਬੰਦੇ ਨੇ, ਬੱਚਿਆਂ ਦੇ ਆਪਾਂ ਲਗਾਉਂਦੇ ਆ ਜਿਹੜੇ ਪਾਉਂਦੇ ਆ ਕੀੜੇ, ਉਹਨਾਂ ਨੂੰ ਤੁਸੀਂ ਜੀ ਮੈਨੂੰ ਡਿਸਾਈਡ ਕਰਕੇ ਦੱਸ ਦਿਓ ਕਿਹੜਾ ਚਾਹੁੰਦਾ ਅਸੀਂ ਲੀਗਲ ਐਕਸ਼ਨ ਲਈਏ, ਕਿਹੜਾ ਨਹੀਂ ਚਾਹੁੰਦਾ। ਪਰ ਜਿੰਨੀਆਂ ਸਾਨੂੰ ਗਾਲਾਂ ਕੱਢੀਆਂ ਗਈਆਂ ਨੇ ਸਾਡੇ ਸਾਹਮਣੇ, ਅਸੀਂ ਉਹ ਹਿਸਾਬ ਕਿਤਾਬ ਕਰਨਾ। ਤੁਸੀਂ ਰੋਕ ਸਕਦੇ ਸੀ ਵੀ ਲੇਡੀਜ਼ ਖੜੀਆਂ ਨੇ, ਲੈ ਕੇ ਤਾਂ ਗਿਆ ਮੈਡਮ, ਮੈਂ ਨਹੀਂ ਲੈ ਕੇ ਉਹਨੂੰ ਵੜ ਕੇ ਅੰਦਰ ਚੱਕੇ ਮਾਰ ਮਾਰ ਕੇ ਅੰਦਰ ਪਾ ਲਿਆ ਤੇ ਮੈਂ ਉਹਨੂੰ ਲੈ ਕੇ ਨਹੀਂ ਅੰਦਰ। ਮੈਂ ਦੰਦ ਛੱਡ ਕੇ ਤਾਂ ਆਇਆ, ਮੈਂ ਹੋਰ ਨਹੀਂ ਕਰ ਸਕਦਾ, ਹੋ ਗਿਆ ਹੁਣ ਜਿਹੜੇ। ਮੇਰੀ ਗੱਲ ਸੁਣੋ, ਤੁਸੀਂ ਇਦਾਂ, ਮੈਂ ਲੈ ਕੇ ਨਹੀਂ ਗਿਆ ਅੰਦਰ ਉਹਨੂੰ ਵੜ ਕੇ। ਮੈਂ ਸਮਝ ਗਿਆ ਪਬਲਿਕਲੀ ਤੁਸੀਂ ਇਦਾਂ ਗਾਲਾਂ ਕੱਢ ਸਕਦੇ ਮੈਡਮ। ਮੈਂ ਕਹਿੰਦਾ ਚਲੋ ਠੀਕ ਆ, ਤੁਹਾਨੂੰ ਤਾਂ ਨਹੀਂ ਕਿਹਾ ਉਹਨੇ, ਕਿਹਾ ਪਜੋ ਉਹਨੂੰ ਕਿਹਾ ਉਹਨੇ, ਤੁਹਾਨੂੰ ਤਾਂ ਕੁਝ ਨਹੀਂ ਕਿਹਾ ਉਹਨੇ। ਸਾਨੂੰ ਕੱਢੀਆਂ ਗਾਲਾਂ ਮੈਂ ਰਿਕਾਰਡ ਕੀਤੀਆਂ ਸਾਰੀਆਂ, ਬੋਲੀਆਂ ਉਹ, ਮੈਂ ਤੁਹਾਨੂੰ ਅੰਦਰ ਲੈ ਗਿਆ ਵੜ ਕੇ ਮੈਨੂੰ। ਅਸੀਂ ਤਾਂ ਜੇ ਤੁਸੀਂ ਸਾਡੀ ਫੈਮਿਲੀਜ਼ ਨੂੰ ਮਿਲੋ ਚੱਲ ਕੇ, ਕੋਈ ਚਲੋ ਚਲੋ ਸਾਡੇ ਮੈਡਮ, ਅਸੀਂ ਵੇਖਣ ਦੇ ਆਪਣੇ ਆਪਣੀਆਂ ਫੈਮਿਲੀਜ਼ ਦਿਖਾਉਣੀ ਆ, ਆਪਣੇ ਬੱਚੇ ਦਿਖਾਉਣੇ ਆ ਕਿ ਅਸੀਂ ਕਿੱਦਾਂ ਦੇ ਫੈਮਿਲੀ ਤੋਂ ਬਿਲੋਂਗ ਕਰਦੇ ਆ। ਅਸੀਂ ਕੋਈ ਐਵੇਂ ਨਹੀਂ ਕਿ ਕੋਈ ਵੀ ਆਇਆ ਜਣਾ ਖਣਾ ਤੇ ਮਾਂ ਭੈਣ ਕਰ ਗਿਆ ਸਾਡੀ। ਇੱਥੇ ਹੁਣੇ ਹੀ ਇੰਨੀ ਪਾਵਰ ਰੱਖਦੇ ਆ, ਹੁਣੇ ਹੀ ਸਾਰਾ ਕੁਝ ਕਰ ਸਕਦੇ ਆ, ਪਰ ਦਿਖਾਵਾਂਗੇ ਕਰਕੇ। ਹੁਣ ਤੁਹਾਨੂੰ ਕੁਛ ਨਹੀਂ ਕਹਿੰਦੇ, ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਅਸੀਂ ਸੋਰਟ ਆਊਟ ਕਰਨ ਆਏ ਆ। ਡੌਗ ਨੂੰ ਇੱਥੇ ਫੂਡ ਨਹੀਂ ਪਊਗਾ, ਤੁਸੀਂ ਵੀ ਥੋੜ੍ਹਾ ਧਿਆਨ ਰੱਖਿਓ। ਇਹ ਵੀ ਰੱਖਣਗੇ ਅਗਰ ਕਿਸੇ ਦੇ ਮਗਰ ਡੌਗ ਪੈਂਦਾ, ਉਹਨੂੰ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਆ, ਤੁਸੀਂ ਉਹਨਾਂ ਨੂੰ ਇੱਦਾਂ ਇੱਦਾਂ ਨਹੀਂ ਕਰਨਾ, ਠੀਕ ਹੈ? ਧਿਆਨ ਰੱਖਿਓ, ਜਿਹੜੇ ਦੂਸਰੀ ਗਲੀ ਦੇ ਡੌਗ ਨੇ ਕੋਸ਼ਿਸ਼ ਕਰੋ ਉਹਨਾਂ ਨੂੰ ਉੱਧਰ ਫੂਡ ਕਰਾਓ। ਇਹ ਕਹਿੰਦੇ ਨੇ ਨਾ ਵੀ ਸਾਰੇ ਗਲੀਆਂ ਦੇ ਆਉਂਦੇ ਆ, ਹੱਕ ਹੈਗਾ
ਹੱਕ ਸਾਰਾ ਹੈਗਾ, ਹੱਕ ਤੁਸੀਂ ਉੱਥੇ ਰੋਕ ਨਹੀਂ ਸਕਦੇ, ਤੁਸੀਂ ਕਹਿ ਨਹੀਂ ਸਕਦੇ, ਤੁਸੀਂ ਕਹਿ ਨਹੀਂ ਸਕਦੇ। ਜੇ ਬਾਹਰ ਪਾ ਵੀ ਲਿਆ, ਮੰਨ ਲਓ ਫੂਡ ਬਾਹਰ ਪਾ ਦਿੱਤਾ, ਉਸ ਤੋਂ ਬਾਅਦ ਉਹ ਡੋਗਸ ਇੱਥੇ ਹੀ ਆਉਂਦੇ ਆ ਕਿਉਂਕਿ ਉਹਨਾਂ ਨੇ ਇੱਥੇ ਹੀ ਆਉਣਾ, ਫਿਰ ਤੁਸੀਂ ਰੋਕ ਨਹੀਂ ਸਕਦੇ। ਇਹਨਾਂ ਨੂੰ ਕੀ ਲੱਗਦਾ ਸੀ ਆਰਟੀਫਿਸ਼ੀਅਲ ਕੰਟਰੋਲ ਕਰਦੇ ਆ ਲੁਧਿਆਣੇ ਨਾਲ, ਇਹ ਸਾਨੂੰ ਐਵੇਂ ਐਂ ਸਮਝੀ ਜਾਂਦੇ ਆ ਹੀ ਅਸੀਂ ਅਸੀਂ ਆਪਣੀ ਆਪਣੀ ਆਈ ਤੇ ਆ ਜਾਈਏ ਨਾ ਤਾਂ ਅਸੀਂ ਅਸੀਂ ਦੱਸ ਦਈਏ, ਪਰ ਨਹੀਂ ਠੀਕ ਆ ਉਹਨਾਂ ਦਾ ਫੰਕਸ਼ਨ ਚੱਲਦਾ।